ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ 1945 ਸੀ। ਖਾਨ ਸਾਹਿਬ ਅਤੇ ਮੈਂ ਚੁਪਾਟੀ ਦੀ ਰੇਤ 'ਤੇ ਬੈਠੇ ਸਾਂ। ਸੂਰਜ ਡੁੱਬਦਾ ਪਿਆ ਸੀ ਅਤੇ ਉਹਦੀਆਂ ਅੰਤਲੀਆਂ ਰਿਸ਼ਮਾਂ ਲਹਿੰਦੇ ਨੂੰ ਰੱਤੀ ਪਈਆਂ ਨਵਾਉਂਦੀਆਂ ਸਨ। ਸਾਰਾ ਨਕਸ਼ਾ ਅਰਬ ਸਾਗਰ ਦੇ ਚੁੱਪ ਪਾਣੀਆਂ ਵਿੱਚੋਂ ਵੀ ਪਿਆ ਨਜ਼ਰਦਾ ਸੀ। ਖਾਨ ਸਾਹਿਬ ਤਾਂ ਮੈਂ ਰੋਜ਼ ਇੱਥੇ ਆ ਕੇ ਸੂਰਜ ਡੁੱਬਦਾ ਵੇਖਦੇ ਸਾਂ। ਇਸ ਵੇਲੇ ਉਹ ਇਸ ਝਾਕੀ ਵਿੱਚ ਅਸਲੋਂ ਡੁੱਬੇ ਹੋਏ ਸਨ। ਅਚਨਚੇਤ ਮੇਰੇ ਮੂੰਹ ਵੱਲ ਧਿਆਨ ਕਰਕੇ ਕਹਿਣ ਲੱਗੇ, ਦੇਵਧਾਰ ਜੀ, ਇਹ ਜੇ ਮਾਰਵੇ ਦਾ ਅਸਲ ਵੇਲਾ। ਵੱਡਿਆਂ ਦੇ ਵਾਰੇ ਵਾਰੇ ਜਾਵੀਏ, ਕਿੱਡੀ ਸੂਝ ਸਮਝ ਨਾਲ ਰੇਖਵ ਅਤੇ ਦੇਵਤ ਦਾ ਅਜਿਹਾ ਲਗਾਓ ਬੰਨਿਆ ਨੇ। ਇਹ ਵੇਲਾ ਬਹੁਤ ਮਨ ਸ਼ਿਕਵਾ ਹੁੰਦਾ ਹੈ। ਵਿਛੋੜੇ ਮਾਰਿਆਂ ਨੂੰ ਇਸ ਵੇਲੇ ਹੀ ਮੂੰਹ ਆਉਂਦੀ ਰਾਤ ਦਾ ਇਕਲਾਪਾ ਛਿੜਦਾ ਹੈ। ਫਿਰ ਉਹ ਲੋਕ ਜਿਨ੍ਹਾਂ ਕੋਲ ਸਿਰ ਲੁਕਾਉਣ ਦੀ ਥਾਰ ਨਹੀਂ ਹੁੰਦੀ, ਚਿੰਤਾ 'ਚ ਪੈ ਜਾਂਦੇ ਨੇ ਕਿ ਦਿਨ ਤਾਂ ਜਿਵੇਂ ਕਿਵੇਂ ਲੰਘ ਗਿਆ, ਰਾਤ ਦਾ ਕੀ ਬਣ ਸੀ। ਸਾਡੇ ਸੰਗੀਤ 'ਚ ਖਰਚ ਬੜਾ ਉਚੇਚਾ ਸੁਰ ਮੰਨਿਆ ਜਾਂਦਾ ਹੈ, ਪਰ ਮਾਰਵੇ ਵਿੱਚ ਇਹੋ ਸੁਰ ਗਾਇਬ ਹੁੰਦਾ ਹੈ ਅਤੇ ਜਿੱਥੇ ਕਿੱਥੇ ਅਸੀਂ ਇਹਨੂੰ ਮਾੜਾ ਜਿਹਾ ਛੁਆਨੇ ਹਾਂ, ਸਾਰੀ ਗੱਲ ਹੀ ਹੋਰ ਦੀ ਹੋਰ ਹੋ ਜਾਂਦੀ। ਮੈਨੂੰ ਲੱਗਦਾ ਮਾਰਵਾ ਇਹੋ ਚਿੰਤਾ ਅਤੇ ਬੇਵਸਾਈ ਸਾਡੇ ਨਾਲ ਸਾਂਝੀ ਕਰਦਾ। ਮੁਸਲਮਾਨ ਗਵੱਈਏ ਚੋਖਾ ਅਨਪੜ੍ਹ ਹੀ ਸਮਝੇ ਜਾਂਦੇ ਨੇ। ਵੈਲਾਂ ਪਾਰੋਂ ਲੋਕ ਉਹਨਾਂ ਨੂੰ ਘੱਟ ਹੀ ਬੁਕਤ ਦਿੰਦੇ ਨੇ। ਮਾਰਵੇ ਬਾਰੇ ਖਾਨ ਸਾਹਿਬ ਦੇ ਮੂੰਹੋਂ ਏਡੀਆਂ ਡੂੰਘੀਆਂ ਅਤੇ ਸੋਹਣੀਆਂ ਗੱਲਾਂ ਸੁਣੀਆਂ ਅਤੇ ਮੈਂ ਹੈਰਾਨ ਰਹਿ ਗਿਆ। ਇਹੋ ਜਿਹੀਆਂ ਗੱਲਾਂ ਤਾਂ ਕਦੀ ਕਿਸੇ ਆਲਮ ਅਤੇ ਪੜ੍ਹੇ ਲਿਖੇ ਬੰਦੇ ਨੂੰ ਵੀ ਨਹੀਂ ਆਉਣਗੀਆਂ। ਮੈਂ ਮਾਰਵਾ ਗਾਉਣ ਲਈ ਆਖਿਆ, ਮੰਨ ਗਏ ਅਤੇ ਫਿਰ ਉਹਨਾਂ ਮਾਰਵੇ ਦੇ ਕਈ ਸਰੂਪ ਗਾਉਂ ਸੁਣਾਏ। ਇੰਝ ਸੀ ਜਿਵੇਂ ਕੋਈ ਲੈਕਚਰ ਕਰਕੇ ਵਿਖਾਉਂਦੇ ਪਏ ਹੋਣ। ਜਦੋਂ ਵੀ ਕੋਈ ਨਵੀਂ ਗੋਂਦ ਛੁੰਨ ਲੱਗਦੇ, ਮੈਨੂੰ ਉਸ ਪਲ ਆਪਣੇ ਦਿਲ ਦਿਮਾਗ ਵਿੱਚ ਆਉਣ ਵਾਲੇ ਖਿਆਲਾਂ ਦੀ ਵੀ ਦੱਸ ਪਾ ਦਿੰਦੇ। ਉਸ ਦਿਨ ਖਾਨ ਸਾਹਿਬ ਨੇ ਜਿਵੇਂ ਦਾ ਮਾਰਵਾ ਗਾਉਂ ਛੱਡਿਆ, ਮੈਨੂੰ ਕਦੀ ਨਹੀਂ ਭੁੱਲ ਸਕਦਾ। ਹੋਰਨਾਂ ਲੋਕਾਂ ਹਾਰ ਉਦੋਂ ਮੈਂ ਵੀ ਮਾਰਵੇ ਨੂੰ ਇੱਕ ਰੁੱਖਾ ਜਿਹਾ ਰਾਗ ਹੀ ਮੰਨਦਾ ਸਾਂ, ਅਜਿਹਾ ਬੇਚੱਸਾ ਰਾਗ ਜਿਹਦੇ 'ਚ ਗਵੱਈਆ ਕੁਝ ਤਾਨਬਾਜ਼ੀ ਕਰ ਸਕਦਾ ਸੀ। ਉਸ ਦਿਨ ਖਾਨ ਸਾਹਿਬ ਨੇ ਮਾਰਵਾ ਗਾਉਂ ਕੇ ਮੇਰੀ ਸਾਰੀ ਸੋਚ ਹੀ ਬਦਲ ਕੇ ਧਰ ਦਿੱਤੀ। ਮਾਰਵਾ ਹੁਣ ਮੇਰੇ ਮਨਪਸੰਦ ਰਾਗਾਂ 'ਚੋਂ ਹੈ। ਖਾਨ ਸਾਹਿਬ ਨੂੰ ਪਹਿਲੀ ਵਾਰੀ ਮੈਂ ਬੰਬੇ ਦੇ ਵਿਕਰਮ ਸੰਗੀਤ ਇਕੱਠ ਵਿੱਚ ਡਿੱਠਾ। ਇਹ 1944 ਦੀ ਗੱਲ ਹੈ। ਲੰਮੇ ਚੌੜੇ ਸਿਰ 'ਤੇ ਡਿੰਗੀ ਟੋਪੀ, ਇਹ ਭਾਰੀਆਂ ਮੁੱਛਾਂ, ਮੈਨੂੰ ਕੋਈ ਜਚੇ ਨਾ, ਕੋਈ ਮਜ਼ਾਜੀ ਜਿਹਾ ਬੰਦੇ ਹੀ ਲੱਗੇ। ਇਕੱਠ ਵਿੱਚ ਉਹਨਾਂ ਦਾ ਪਹਿਲਾ ਗਾਇਣ ਵੀ ਨਰਮ ਰਿਹਾ। ਦੂਜੀ ਵਾਰੀ ਗਾਵਣ ਬੈਠੇ ਤਾਂ ਜਿਵੇਂ ਹਰ ਸ਼ੈ ਉਹਨਾਂ ਦੀ ਅੱਖਾਂ ਸਾਹਮਣੇ ਸੀ। ਉਹਨਾਂ ਮਾਰਵਾ ਛੋਇਆ ਅਤੇ ਇਹੋ ਜਿਹਾ ਮੁੱਢ ਬੰਨਿਆ, ਮੇਰੇ ਅੰਦਰ ਵੀ ਤਾਂਗ ਜਗ ਪਈ। ਹਰ ਕਿਸੇ ਉਹਨਾਂ ਦੇ ਮਾਰਵੇ ਦੀ ਸਲਾਹਤਾ ਕੀਤੀ। ਹੁਣ ਹਰ ਕਿਸੇ ਨੂੰ ਲੱਗੀ ਹੋਈ ਸੀ ਵੀ ਵੇਖੋ ਦੂਜਾ ਰਾਗ ਕਿਹੜਾ ਗਾਉਂਦੇ ਨੇ। ਉਹਨਾਂ ਪੂਰੀਆ ਛੋ ਲਿਆ। ਮੈਂ ਸਮਝ ਗਿਆ ਹੁਣ ਖਰਾਬ ਹੋਵੋ ਨੇ। ਮਾਰਵੇ ਦੇ ਪੂਰੀਏ ਦੇ ਸੁਰ ਘੱਟ ਵੱਧ ਇੱਕੋ ਜਿਹਾ ਹੀ ਨੇ। ਇਹਨਾਂ ਨੂੰ ਉੱਤੋਂ ਉੱਤੇ ਗਾਣਾ ਢੇਰ ਔਖਾ ਪੈਂਦਾ। ਸੁਣਨ ਵਾਲਿਆਂ ਜੇ ਕਿਸੇ ਗਵੱਈਏ ਨੂੰ ਅਜ਼ਮਾਉਣਾ ਹੋਵੇ ਤਾਂ ਉਹਨੂੰ ਇਹੋ ਜਿਹਾ ਰਾਗ ਹੀ ਉੱਤੇ ਥੱਲੇ ਗਾਉਣ ਦੀ ਫਰਮਾਇਸ਼ ਪਾਉਂਦੇ ਨੇ। ਪਰ ਖਾਨ ਸਾਹਿਬ ਬੜੇ ਧਿਆਨ ਨਾਲ ਤੁਰੇ ਅਤੇ 5 ਮਿੰਟਾਂ ਵਿੱਚ ਉਹਨਾਂ ਮਾਰਵੇ ਦਾ ਨਾਂ ਨਿਸ਼ਾਨ ਵੀ ਨਾ ਰਹਿਣ ਦਿੱਤਾ। ਹਰ ਪਾਸੇ ਪੂਰੀਆ ਹੀ ਪੂਰੀਆ ਕਰ ਦਿੱਤਾ। ਇਹ ਰਾਗ ਵੀ ਉਹਨਾਂ ਬਹੁਤ ਸੋਹਣਾ ਗਵਿਆ। ਮੈਨੂੰ ਖਾਨ ਸਾਹਿਬ ਦੇ ਮਹਾਂਕਸਬੀ ਹੋਣ ਦਾ ਪੱਕ ਹੋ ਗਿਆ। ਇਹਦੇ ਮਗਰੋਂ ਉਹਨਾਂ ਪੰਜਾਬੀ ਅੰਗ ਦੀ ਪਹਾੜੀ ਛੋਈ ਅਤੇ ਇਹੋ ਜਿਹਾ ਵੰਨ ਸਵੰਨ ਵਿਖਾਇਆ, ਸਾਰਾ ਪਿੜ ਨਿਹਾਲ ਹੋ ਗਿਆ। ਹਰ ਕੋਈ ਖਾਨ ਸਾਹਿਬ ਦੇ ਸੁਰ ਉੱਤੇ ਪਹਿਰੇ ਨੂੰ ਮੰਨਦਾ ਪਿਆ ਸੀ। ਹਰ ਕਿਸੇ ਦਾ ਇਹੋ ਖਿਆਲ ਸੀ। ਪੂਰੇ ਸੰਗੀਤ ਇਕੱਠ ਵਿੱਚੋਂ ਖਾਨ ਸਾਹਿਬ ਦਾ ਸਵਾਦ ਆਇਆ ਸੀ। ਮਗਰੋਂ ਖਾਨ ਸਾਹਿਬ ਬੰਬੇ ਹੀ ਆਉਣ ਵਸੇ ਉਹਨਾਂ ਦਾ ਇੱਕ ਸ਼ਾਗਿਰਦ ਤੁਲਸੀਦਾਸ ਸ਼ਰਮਾ, ਮੇਰੇ ਸ਼ਾਗਿਰਦ ਕੁਮਾਰ ਗੰਧਰਵ ਦਾ ਜਾਣੂ ਸੀ,
ਇਸ ਲਈ ਤੁਲਸੀਦਾਸ ਸਾਡੇ ਸਕੂਲ ਆਉਣ ਲੱਗ ਪਿਆ। ਕੁਮਾਰ ਮੈਨੂੰ ਅਛੋਹ ਪਰਾਗਾਂ ਦਾ ਪੁੱਛਦਾ ਰਹਿੰਦਾ ਸੀ। ਤੁਲਸੀਦਾਸ ਨੂੰ ਸਾਡੀਆਂ ਗੱਲਾਂ 'ਤੇ ਬੜੀ ਹੈਰਾਨੀ ਹੁੰਦੀ। ਉਹਨੇ ਖਾਨ ਸਾਹਿਬ ਨੂੰ ਸਾਡੇ ਕੋਲ ਲਿਆਉਣ ਦੀ ਸੋਚ ਲਈ। ਇੱਕ ਵਾਰ ਕਿਧਰੇ ਖਾਨ ਸਾਹਿਬ ਨੇ ਤੁਲਸੀਦਾਸ ਨੂੰ ਹੋਰਨਾਂ ਗਵਾਈਆਂ ਦੇ ਕਾਟੇ ਵਾਧੇ ਦੱਸਦਿਆਂ ਆਖਿਆ, ਮੈਨੂੰ ਆਉਂਦੇ ਨੇ, ਮੈਂ ਅਛੋਹ ਪਰਾਗ ਨਹੀਂ ਗਾਉਂਦਾ। ਮੈਂ ਸਿੱਖਣੇ ਵੀ ਚਾਹੇ ਸਨ, ਪਰ ਜਿਹੜੇ ਲੋਕ ਅਜਿਹੇ ਰਾਗ ਗਾਉਂਦੇ ਨੇ ਉਹਨਾਂ ਨੂੰ ਚੋਖੀਆਂ ਬੰਦਿਸ਼ਾਂ ਹੀ ਆਉਂਦੀਆਂ ਨੇ, ਗਾਉਣ ਦਾ ਢੰਗ ਢੱਬ ਨਹੀਂ ਆਉਂਦਾ। ਮੈਂ ਸੋਚ ਲਿਆ ਗਵੱਈਏ ਉਹੀ ਨੇ ਜਿਹੜੇ ਨਿਰੀਆਂ ਚੀਜ਼ਾਂ ਨਹੀਂ ਸਗੋਂ ਉਹਨਾਂ ਨੂੰ ਗਾਵਣਾ ਵੀ ਜਾਣਦੇ ਨੇ। ਮੈਨੂੰ ਰਾਗਾਂ ਦਾ ਸੁੱਕਾ ਫਿੱਕਾ ਇਲਮ ਨਹੀਂ ਚਾਹੀਦਾ। ਤੁਲਸੀ, ਮੈਨੂੰ ਕੋਈ ਇਲਮਦਾਰ ਗਵੱਈਆ ਦੱਸ। ਤੁਲਸੀ ਆਖਣ ਲੱਗਾ, ਖਾਨ ਸਾਹਿਬ ਤੁਸੀਂ ਦਿਓਦਾਰ ਸਾਹਿਬ ਨੂੰ ਮਿਲੇ ਤਾਂ ਹੋਏ ਹੋ, ਕੁਮਾਰ ਗੰਧਰਵ ਦੇ ਉਸਤਾਦ ਨੇ, ਕਿਸੇ ਦਿਨ ਉਹਨਾਂ ਵੱਲ ਨਾ ਚੱਲ ਵੇਖੀਏ। ਇੰਝ ਖਾਨ ਸਾਹਿਬ ਸਾਡੇ ਸਕੂਲ ਆਏ। ਅਸੀਂ ਕਈ ਰਾਗਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ। ਇੱਥੋਂ ਟੁਰੀ ਵਾਕਫੀ, ਹੌਲੀ ਹੌਲੀ ਇੰਨੀ ਗੂੜ੍ਹੀ ਯਾਰੀ ਬਣੀ, ਤੋੜ ਅੰਤਲੇ ਸਾਹਾਂ ਤਾਈਂ ਨਿਭੀ। ਖਾਨ ਸਾਹਿਬ ਸਾਡੇ ਸਕੂਲ ਅਕਸਰ ਆਉਂਦੇ। ਮੇਰੇ ਸ਼ਾਗਿਰਦ ਬੜੇ ਢੰਗੀ ਸਨ। ਮੈਂ ਖਾਨ ਸਾਹਿਬ ਨੂੰ ਜਿਹੜੇ ਕਮਰੇ 'ਚ ਮੰਨਦਾ ਸਾਂ, ਉਹਨਾਂ ਅਸਲੋਂ ਉਹਦੇ ਨਾਲ ਦੇ ਕਮਰੇ 'ਚ ਤੰਬੂਰਿਆਂ ਦੀ ਜੋੜੀ ਸੋਹਣੀ ਸੁਰ ਕਰਕੇ ਰੱਖ ਛੱਡਣੀ ਇੱਧਰੋਂ ਖਾਨ ਸਾਹਿਬ ਦੀ ਆਉਣੀ ਹੋਣੀ, ਉੱਧਰੋਂ ਦੋ ਕੁ ਮੁੰਡਿਆਂ ਨੇ ਪੈਣਾ ਅਤੇ ਤੰਬੂਰੇ ਛੇੜ ਦੇਣੇ। ਖਾਨ ਸਾਹਿਬ ਦੇ ਕੰਨੀ ਆਵਾਜ਼ ਪੈਣੀ, ਆਖਣਾ, ਦੇਵਧਰ ਸਾਹਿਬ ਤੁਹਾਡੀ ਤੰਬੂਰਿਆਂ ਦੀ ਜੋੜੀ ਬੜੀ ਵਧੀਆ, ਕਿੱਡੀ ਮਿਲੀ ਹੋਈ ਹੈ, ਚਲੋ ਉੱਧਰ ਹੀ ਚੱਲ ਪੈਂਦੇ ਹਾਂ। ਉਸ ਕਮਰੇ 'ਚ ਅਪੜਨ ਦੀ ਦੇਰ ਹੁੰਦੀ ਅਤੇ ਖਾਨ ਸਾਹਿਬ ਗਾਉਣ ਲੱਗ ਪੈਂਦੇ। ਇਹ ਗਾਉਣ 2-3 ਘੰਟੇ ਚੱਲਣਾ, 8 ਮਹੀਨੇ ਇਹੋ ਕਾਰ ਹੁੰਦੀ ਰਹੀ। ਇਹ ਸਾਰਾ ਵੇਲਾ ਮੈਂ ਖਾਨ ਸਾਹਿਬ ਨੂੰ ਰੱਜ ਕੇ ਸੁਣਿਆ। ਇਦੋਂ ਪਿੱਛੇ ਮੈਨੂੰ ਪਤਾ ਲੱਗਾ, ਰਾਤ ਨੂੰ ਕੁਝ ਸ਼ਾਗਿਰਦ ਆਪਣੇ ਕਮਰੇ ਵਿੱਚ ਨਹੀਂ ਹੁੰਦੇ। ਸੂਹ ਨਿਕਲੀ, ਉਹ ਇਕੱਲੇ ਇਕੱਲੇ ਅਤੇ ਟੁਕੜੀਆਂ ਵਿੱਚ ਖਾਨ ਸਾਹਿਬ ਨੂੰ ਸੁਣਨ ਉਹਨਾਂ ਦੇ ਘਰ ਟੁਰ ਜਾਂਦੇ ਸਨ। ਸਕੂਲੇ ਉਹ ਖਾਨ ਸਾਹਿਬ ਨੂੰ ਗਵਾਉਣ ਲਈ ਕਈ ਰੰਗਾਂ ਦੀਆਂ ਛੇੜਾਂ ਛੇੜੀ ਰੱਖਦੇ ਸਨ। ਹੁਣ ਖਬਰੇ ਛੋ ਨਹੀਂ ਸਨ ਪਰਦਾ, ਜਿਹੜਾ ਖਾਨ ਸਾਹਿਬ ਨੂੰ ਤੰਗ ਕਰਨ ਉਹਨਾਂ ਦੇ ਘਰ ਜਾਣ ਲੱਗ ਪਿਆ ਸਨ। ਮੁੰਡਿਆਂ ਦੇ ਇਸ ਕਾਰਨੇ 'ਤੇ ਮੈਨੂੰ ਬੜੀ ਸ਼ਰਮ ਆਈ। ਮੈਂ ਸਾਰਿਆਂ ਨੂੰ ਇਕੱਠਿਆਂ ਕੀਤਾ ਅਤੇ ਮਾਫ਼ੀ ਮੰਗਾਉਣ ਖਾਨ ਸਾਹਿਬ ਕੋਲ ਲੈ ਗਿਆ। ਮੈਂ ਖਾਨ ਸਾਹਿਬ ਨੂੰ ਕਿਹਾ, ਮੈਨੂੰ ਪਤਾ ਹੈ ਇਹ ਉੱਲੂ ਦੇ ਕੰਨ ਤੁਹਾਨੂੰ ਤੰਗ ਕਰਦੇ ਹਨ, ਮੈਂ ਇਹਨਾਂ ਨੂੰ ਇੱਥੇ ਆਉਣ ਤੋਂ ਹਟਕ ਦਿੱਤਾ, ਤੁਸੀਂ ਵੀ ਇਹਨਾਂ ਨੂੰ ਹਲਾਸ਼ੇਰੀ ਨਾ ਦੇਵਿਆ ਕਰੋ। ਮੇਰੀ ਗੱਲ ਸੁਣ ਕੇ ਖਾਨ ਸਾਹਿਬ ਕੁਝ ਕਾਬਰ ਜਿਹਾ ਗਏ। ਅਖੇ, ਤੁਹਾਡੇ ਸ਼ਾਗਿਰਦ ਬੜੇ ਸੁੱਚੇ ਸੁਣਵਾਈਏ ਨੇ, ਤੁਸਾਂ ਇਹਨਾਂ ਨੂੰ ਬੜਾ ਸੁਚੱਜ ਦੱਸਿਆ ਹੈ, ਇਸ ਲਈ ਇਹ ਮੈਨੂੰ ਬੜੇ ਚੰਗੇ ਲੱਗਦੇ ਹਨ। ਵਿਚਾਰੇ ਕਦੀ ਕਦਾਈ ਸੁਣਨ ਆ ਜਾਂਦੇ ਨੇ, ਤੁਸੀਂ ਨਾ ਹਟਕੋ ਇਹਨਾਂ ਨੂੰ, ਇਹਨਾਂ ਦੇ ਆਇਆਂ ਮੇਰਾ ਰਿਆਜ਼ ਹੋ ਜਾਂਦਾ, ਮੈਨੂੰ ਬਣੇ ਬਣਾਏ ਸੁਣਵਈਏ ਲੱਭ ਜਾਂਦੇ ਨੇ, ਆਉਣ ਦਿਓ ਨੇ, ਮੇਰਾ ਕੀ ਲੈ ਜਾਂਦੇ ਹਨ। ਹੋਰ ਅਤੇ ਹੋਰ ਅਸਲੋਂ ਅਣਸੂਹੇ ਬੰਦੇ ਵੀ ਖਾਨ ਸਾਹਿਬ ਕੋਲ ਆ ਕੇ ਗਾਣਾ ਸੁਣਨ ਦੀ ਖਾਹਿਸ਼ ਕਰ ਦਿੰਦੇ ਸਨ। ਖਾਨ ਸਾਹਿਬ ਇਹਨਾਂ ਲੋਕਾਂ ਨੂੰ ਵੀ ਕਦੀ ਨਾ ਨਹੀਂ ਸਨ ਕਰਦੇ। ਇਹ ਤਾਂ ਇੱਕ ਪਾਸੇ, ਐਵੇਂ ਫੇਰੇ ਟੋਰੇ ਵਾਲਿਆਂ ਬੰਦਿਆਂ ਨੂੰ ਵੀ ਖਾਨ ਸਾਹਿਬ ਘੱਟੋ ਘੱਟ 15 ਮਿੰਟਾਂ ਦਾ ਤਾਂ ਗਾਣਾ ਸੁਣਾ ਹੀ ਦਿੰਦੇ ਸਨ। ਉੱਤੋਂ ਚਾਹ ਪਾਣੀ ਅਤੇ ਸਿਗਰਟ ਪਾਉਣ ਨਾਲ ਵੱਖਰੀ ਸੇਵਾ ਵੀ ਪਈ ਕਰਨੀ। ਖਾਨ ਸਾਹਿਬ ਸਾਰਾ ਵੇਲਾ ਮਿਹਨਤ ਹੀ ਕਰਦੇ ਰਹਿੰਦੇ ਸਨ। ਚੋਲੀ ਵਿੱਚ ਸੋਹਣਾ ਮਿਲਿਆ ਸੁਰਮੰਡਲ ਤਰੀ ਤਾਨਾਂ ਦੇ ਸਕੇਲ ਪਕਾਉਂਦੇ ਰਹਿੰਦੇ। ਇੱਕ ਵਾਰੀ ਬੜੇ ਚੰਗੇ ਰੌਂ 'ਚ ਮੈਨੂੰ ਆਖਣ ਲੱਗੇ, ਦੇਵਦਾਰ ਸਾਹਿਬ ਤੁਸੀਂ ਰਿਆਜ਼ ਪਾਣੀ ਲਈ ਵੇਲਾ ਨਹੀਂ ਜਕੜਦੇ, ਇਹ ਕੋਈ ਚੰਗੀ ਗੱਲ ਨਹੀਂ, ਮਾੜਾ ਮੋਟਾ ਰਿਆਜ਼ ਕਰ ਲਓ, ਫਿਰ ਮੈਂ ਅਤੇ ਤੁਸੀਂ ਸਾਰਾ ਮੁਲਕ ਫਿਰਾਂਗੇ। ਮੈਂ ਦੱਸਿਆ, ਖਾਨ ਸਾਹਿਬ ਮੁਕੱਦਰਾਂ ਵਾਲੇ ਹੋ, ਤੁਹਾਨੂੰ ਕੋਈ ਸਕੂਲ ਨਹੀਂ ਚਲਾਉਣਾ ਪੈਂਦਾ, ਤੁਸਾਂ ਵੇਖਿਆ ਹੀ ਏ ਮੈਨੂੰ ਕਿੰਨੀਆਂ ਸ਼ੈਵਾਂ ਕਰਨੀਆਂ ਪੈਂਦੀਆਂ ਨੇ, ਰਿਆਜ਼ ਪਾਣੀ ਅਤੇ ਗਿਆਨ ਧਿਆਨ ਦਾ ਵੇਲਾ ਕਿੱਥੋਂ। ਬੋਲੇ, ਕੋਈ ਉਚੇਚਾ ਵੇਲਾ ਕੱਢਣ ਦੀ ਲੋੜ ਨਹੀਂ, ਮੈਂ ਜਿਵੇਂ ਆਉਂਦਾ ਉਵੇਂ ਅੱਧਾ ਕੁ ਘੰਟਾ ਵੀ ਲਾ ਛੱਡੋ ਤਾਂ ਬੜਾ ਹੈ, ਮੇਰਾ ਮਤਲਬ ਰੌਂਸ 'ਚ ਖਲੋਤੇ ਹਾਂ, ਅੰਦਰ ਲੰਮਿਆਂ ਪਿਆਂ, ਟੁਰਦਿਆਂ ਫਿਰਦਿਆਂ ਜਾਂ ਰੇਲ ਗੱਡੀ 'ਚ ਕਿਧਰੇ ਆਉਂਦਿਆਂ ਜਾਂਦਿਆਂ ਬੁੱਲਾਂ ਵਿੱਚ ਗਾਉਂਦੇ ਰਹੋ, ਅਸਥਾਈ ਅੰਤਰਿਆਂ 'ਤੇ ਧਿਆਨ ਕਰੋ, ਆਪਣੇ ਦਿਮਾਗ ਵਿੱਚ ਤਾਨਾ ਦੁਰਾਉਂਦੇ ਰਹੋ।
ਇਹਦੇ ਨਾਲ ਬੜਾ ਫਾਇਦਾ ਹੋ ਜਾਏਗਾ। ਚੀਜ਼ਾਂ ਚੇਤੇ ਰੱਖਣ ਲਈ ਤਾਂ ਇਹ ਬੜਾ ਹੀ ਕਾਰੀ ਨੁਸਖਾ ਜੇ। ਅਗਲੇ ਦਿਨ ਸਵੇਰੇ 6 ਵਜੇ ਖਾਨ ਸਾਹਿਬ ਸਕੂਲੇ ਆ ਗਏ। ਅਖੇ ਚਲੋ ਦੇਵਦਾਰ ਸਾਹਿਬ ਤੰਬੂਰਾ ਫੜੋ, ਦੱਸਾਂ ਤੁਹਾਨੂੰ ਰਿਆਜ਼ ਕਿਵੇਂ ਕਰੀਦਾ। ਖਾਨ ਸਾਹਿਬ ਦਿਲ ਦੇ ਖੁੱਲ੍ਹੇ ਬੰਦੇ ਸਨ, ਪਰ ਉਸ ਦਿਨ ਉਹਨਾਂ ਸਾਰੇ ਬੂਹਿਆਂ ਨੂੰ ਅੰਦਰੋਂ ਕੁੰਡੀਆਂ ਲਵਾ ਦਿੱਤੀਆਂ। ਤੰਬੂਰਾ ਸੁਰ ਕਰਕੇ ਆਖਣ ਲੱਗੇ, ਮੇਰੇ ਗੁਰੂ ਮੇਰੇ ਚਾਚੇ ਖਾਨ ਸਾਹਿਬ ਕਾਲੇ ਖਾਂ ਹੋਰਾਂ ਮੈਨੂੰ ਦੱਸਿਆ ਸੀ ਆਵਾਜ਼ ਕਿਵੇਂ ਬਣਾਈ ਦੀ। ਉਹਨਾਂ ਮੈਨੂੰ ਪੂਰਾ ਮੂੰਹ ਖੋਲ੍ਹ ਕੇ ਸਾਰੇ ਗਾਵਾਂ ਆਖਣ ਦਾ ਕਿਹਾ, ਅਤੇ ਝੱਟ ਮਗਰੋਂ ਆਪ ਵੀ ਮੇਰੇ ਨਾਲ ਰਲ ਪਏ। ਉਹਨਾਂ ਐਡੇ ਭਰਵੇਂ ਢੰਗ ਨਾਲ ਪੂਰਾ ਸਪਤਕ ਆਖਿਆ, ਪੂਰੇ ਕਮਰੇ ਵਿੱਚ ਉਹਨਾਂ ਦਾ ਆਵਾਜ਼ਾ ਗੂੰਜਣ ਲੱਗ ਪਿਆ। ਫਿਰ ਉਹਨਾਂ ਇੱਕ ਇੱਕ ਸੁਰ ਦੇ ਕਣ ਨਾਲ ਸਰਗਮ ਕਵਾਣੀ ਛੋਈ। ਅਸਾਂ ਦੋਵਾਂ ਅਰੋਹੀ ਅਮਰੋਹੀ ਕੀਤੀ। ਉਹ ਕਣ ਐਡੇ ਜ਼ੋਰ ਨਾਲ ਉਘੇੜ ਕੇ ਪਹਿਲਾਉਂਦੇ ਸਨ ਜਿਵੇਂ ਸੁਰਾਂ ਨੂੰ ਹਥੌੜੇ ਪੈ ਵੱਜਦੇ ਹੋਣ। ਹੁਣ ਉਹਨਾਂ ਇੱਕ ਇੱਕ ਸੁਰ ਛੱਡ ਕੇ ਕਣ ਦੇਣਾ ਸ਼ੁਰੂ ਕਰ ਦਿੱਤਾ। ਸਾਹ ਦੇ ਨਾਲ ਰੇ ਦੇ ਕਣ ਦੀ ਥਾਂ ਗਾ ਦਾ ਕਣ ਲਾਵਣ ਲੱਗ ਪਿਆ। ਸਾਡੇ ਸੰਗੀਤ ਵਿੱਚ ਕਣ ਬੜੀ ਮੁੱਢਲੀ ਸ਼ੈ ਨੇ। ਸਾਡੀ ਸਾਰੀ ਗਾਇਕੀ ਵਾਜ ਦੇ ਘਾਟੇ ਦੂਰ ਕਰਨ ਉੱਤੇ, ਜਿਵੇਂ ਰੋਟੀ ਪਕਾਉਣ ਤੋਂ ਪਹਿਲਾਂ ਮੁੱਕੀ ਦੇ ਕੇ ਆਟੇ ਦੀ ਤੌਣ ਨਹੀਂ ਕਰੀਦੀ। ਇੱਥੇ ਇੰਝੀ ਆਵਾਜ਼ ਨੂੰ ਹਰ ਮਨ ਦੀ ਵਰਤੋਂ ਲਈ ਕੂਲਾ ਕਰਨਾ ਪਾਉਂਦਾ। ਇਨਸਾਨੀ ਆਵਾਜ਼ ਦਾ ਬਦਲਣ ਬੜਾ ਔਖਾ ਹੈ, ਇਸ ਲਈ ਇਹਨੂੰ ਲੋੜ ਮੂਜਬ ਸੂਤ ਕਰਨ ਲਈ ਢੇਰ ਘਾਲਣਾ ਘਾਲਣੀ ਪਾਉਂਦੀ। ਖਾਨ ਸਾਹਿਬ ਹੁਣ ਪਲਟੇ ਛੱਡ ਕੇ ਬੈਠੀ ਲੈ ਵਿੱਚ ਪੂਰੇ ਗਲੇ ਨਾਲ ਆਵਾਜ਼ ਲਾਉਂਦੇ ਪਏ ਸਨ। ਹੌਲੀ ਹੌਲੀ ਉਹਨਾਂ ਦਾ ਆਵਾਜ਼ ਸੰਘਣਾ ਅਤੇ ਔਖਾ ਹੁੰਦਾ ਗਿਆ, ਅਤੇ ਇਹਦੇ ਨਾਲ ਨਾਲ ਲੈ ਵੀ ਹੋਰ ਦੀ ਹੋਰ ਹੁੰਦੀ ਗਈ। 25-30 ਮਿੰਟ ਇਹ ਰਿਆਸਤ ਹੋਈ। ਖਾਨ ਸਾਹਿਬ ਨੂੰ ਇੰਨਾ ਕੁ ਮੁੜਕਾ ਛੁੱਟਿਆ, ਉਹਨਾਂ ਦਾ ਕੁੜਤਾ ਗਿੱਲਾ ਪਾਣੀ ਹੋ ਗਿਆ। ਤੁਹਾਡੇ ਲਈ ਇੰਝ ਦਾ ਰਿਆਜ਼ 1/2 ਘੰਟਾ ਵੀ ਬੜਾ ਹੋਵੇਗਾ, ਆਵਾਜ਼ ਤੁਹਾਡੇ ਆਖੇ ਵਿੱਚ ਆ ਜਾਵੇਗਾ। ਇੱਕ ਗੱਲ ਚੇਤੇ ਰੱਖਣਾ, ਕਿਧਰੇ ਗਾਉਂਦਿਆਂ ਇੰਨਾ ਜ਼ੋਰ ਨਹੀਂ ਲਾਉਣਾ, 1 ਘੰਟਾ ਵੀ ਨਹੀਂ ਗਾ ਕੱਢ ਸਕੋਗੇ। ਮਹਿਫਲ ਵਿੱਚ ਬਸ ਤਜਰਬੇ ਨਾਲ ਸਿੱਖਿਆ ਹੀ ਕੰਮ ਆਉਂਦਾ। ਮੇਰੇ ਗੁਰੂ ਜੀ ਆਖਦੇ ਹੁੰਦੇ ਸਨ, ਦਰਜਨ ਅਲਾਪੀਆਂ ਦਾ ਜ਼ੋਰ ਹੋਵੇ ਤਾਂ 1 ਤਾਨ ਬਣਦੀ। ਸੁਰ ਦਾ ਸੁਥਰਿਪ ਖਾਨ ਸਾਹਿਬ ਦੇ ਧੁਰ ਅੰਦਰ ਲੱਥਾ ਹੋਇਆ ਸੀ, ਪਰ ਉਹਨਾਂ ਮਿਹਨਤ ਅਤੇ ਧਿਆਨ ਨਾਲ ਹੋਰ ਵੀ ਕਿੰਨੀਆਂ ਹੀ ਸ਼ੈਵਾਂ ਕਮਾਈਆਂ ਸਨ। ਇੱਕ ਦਿਨ ਦੁਪਹਿਰੀ ਆਏ ਅਤੇ ਤੰਬੂਰਾ ਫੜ ਕੇ ਮਾਲ ਸ਼੍ਰੀ ਛੋਹ ਦਿੱਤੀ ਉਹਨੇ। ਮਾਲ ਸ਼੍ਰੀ ਅਸਲੋਂ ਹੀ ਥੋੜ੍ਹੇ ਸੁਰਾਂ ਦਾ ਰਾਗ ਏ, ਪਰ ਇਸ ਛੋਟੇ ਜਿਹੇ ਬਰ ਵਾਲੇ ਰਾਗ ਵਿੱਚ ਵੀ ਖਾਨ ਸਾਹਿਬ ਐਡਾ ਤ੍ਰਿਖਾ ਪੈ ਫਿਰਦੇ ਸਨ ਜਿਵੇਂ ਯਮਨ ਹੋਵੇ। ਖਰਚ ਤੋਂ ਉਤਲੇ ਸਪਤਕ ਦੇ ਅੱਧ ਤਾਈਂ ਅਤੇ ਫਿਰ ਵਾਪਸੀ, ਸਾਗਾ ਪਾਸਾ ਗਾ ਪਾ ਨੀ ਪਾਗਾ ਸਾ, ਕੀ ਮਜਾਲ ਜੇ ਇੱਕ ਸੁਰ ਵੀ ਦੁਰਾਇਆ ਹੋਣੇ ਅਤੇ ਇੰਝ ਸੀ ਜਿਵੇਂ ਬਿਜਲੀ ਵੀ ਲਿਸ਼ਕਦੀ ਹੋਵੇ। ਮਾਲ ਸ਼੍ਰੀ 'ਚ ਕਿਸੇ ਗਵਈਏ ਨੂੰ ਇੰਝ ਫਿਰਦਿਆਂ ਮੈਂ ਪਹਿਲੀ ਵਾਰੀ ਪਿਆ ਵੇਖਦਾ ਸਾਂ। ਮੈਂ ਬੜੇ ਗਵਈਆਂ ਤੋਂ ਬੜੀ ਵਾਰੀ ਮਾਲ ਸ਼੍ਰੀ ਸੁਣਿਆ, ਪਰ ਸਾਰੇ ਹੀ ਇੱਕ ਇੱਕ ਸੁਰ ਦੁਰਾ ਕੇ ਵੱਧਦੇ ਸਨ, ਜਿਵੇਂ ਸਾ ਗਾ ਗਾ ਪਾ ਪਾ ਸਾ ਸਾ ਪਾ ਪਾ ਗਾ 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 ਪਾ ਪਾ ਗਾ 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 ਸਾ ਹੋ ਗਿਆ। ਮੈਂ ਉਹਨਾਂ ਨੂੰ ਪਰਖਣ ਲਈ ਆਪਣੇ ਕੋਲੋਂ ਪਲਟੇ ਦਿੱਤੇ। ਉਹਨਾਂ ਉਂਝ ਹੀ ਬਹੁਤ ਸੌਖ ਨਾਲ ਸਿੱਧੇ ਸਾਹਮਣੇ ਅਤੇ ਸਗਵੇਂ ਗਾਉਂ ਦਿੱਤੇ। ਇੱਥੋਂ ਉਹਨਾਂ ਦੇ ਰੋਜ਼ ਦੇ ਰਿਆਜ਼ ਦਾ ਪਤਾ ਲੱਗਦਾ ਸੀ। ਅਖੀਰ ਉਹ 12 ਸੁਰਾਂ ਦੇ ਪੂਰੇ ਸਕੇਲ ਵਿੱਚ ਸੁਰਤੀਆਂ ਸਣੇ ਫਿਰਨ ਲੱਗ ਪਏ। ਮੈਨੂੰ ਸਮਝ ਪਈ, ਆਉਂਦੀ ਸੀ ਉਹਨਾਂ ਲਈ ਕੋਈ ਮਸ਼ਕ ਵੀ ਔਖੀ ਨਹੀਂ ਸੀ। ਇਹ ਸਾਰਾ ਵੇਲਾ ਇੱਕ ਵਾਰ ਵੀ ਨਾ ਅਤੇ ਉਹਨਾਂ ਦੇ ਬਾਅਦ ਵਿੱਚ ਹੀ ਫਰਕ ਪਿਆ, ਅਤੇ ਨਾ ਹੀ ਉਹ ਕਿਸੇ ਸੁਰ ਤੋਂ ਮਾੜਾ ਜਿੰਨਾ ਕੁਸੇ। ਉਹਨਾਂ ਦੀ ਸਾਰੀ ਕਾਰਾਗਰੀ ਹੈਰਾਨ ਕਰ ਦੇਣ ਵਾਲੀ ਸੀ। ਮੈਂ ਪੁੱਛਿਆ, ਖਾਨ ਸਾਹਿਬ ਤੁਹਾਡੀਆਂ ਐਡੀਆਂ ਜ਼ਬਰਦਸਤ ਚੀਜ਼ਾਂ ਕਿਵੇਂ ਕਰ ਲੈਂਦੇ, ਤੁਸੀਂ ਐਡੀਆਂ ਜ਼ਬਰਦਸਤ ਚੀਜ਼ਾਂ ਕਿਵੇਂ ਕਰ ਲੈਂਦੇ, ਇਹ ਸਾਰਾ ਗੁਣ ਤੁਹਾਡੇ ਵਿੱਚ ਕਿੱਥੋਂ ਆਇਆ। ਆਖਣ ਲੱਗੇ, ਅਸਲੋਂ ਸੜਕ ਕੰਢਿਓ। ਲਾਹੌਰ ਵਿੱਚ ਇੱਕ ਸੜਕ ਦੇ ਨਾਲ ਬੜੀ ਵੱਡੀ ਮਸੀਤ ਹੈ, ਸ਼ਾਹੀ ਮਸੀਤ। ਮੈਂ ਉੱਥੇ ਰਿਆਜ਼ ਕਰਨ ਆਉਂਦਾ ਸਾਂ। ਫਿਰ ਉਹਨਾਂ ਵੇਰਵਾ ਕੀਤਾ, ਉਹਨਾਂ ਤੋਂ ਕੁਝ ਤਾਨਾਂ ਨਹੀਂ ਸਨ ਲੱਗਦੀਆਂ ਹੁੰਦੀਆਂ। ਉਹਨਾਂ ਦੇ ਚਾਚੇ ਖਾਨ ਸਾਹਿਬ ਕਾਲੇ ਖਾਂ ਉਹਨਾਂ ਨੂੰ ਮਸੀਤੇ ਲੈ ਗਏ,
ਉੱਥੇ ਕੰਧ ਕੋਲ ਖਿਲਾਰ ਕੇ ਗਾਉਣ ਦਾ ਆਖਣ ਲੱਗੇ। ਉਹਨਾਂ ਦਾ ਆਵਾਜ਼ ਕੰਧ ਨਾਲ ਵੱਜ ਕੇ ਮੁੜ ਕੇ ਕੰਨੀ ਪੈਂਦਾ। ਕਾਲੇ ਖਾਨ ਵੀ ਤਾਨਾ ਮਾਰਨ ਲੱਗ ਪਿਆ ਅਤੇ ਵਿੱਚ ਵਿੱਚ ਗੁਲਾਮ ਅਲੀ ਖਾਨ ਨੂੰ ਕੰਧ ਨਾਲ ਵੱਜ ਕੇ ਆਉਂਦਾ ਆਵਾਜ਼ਾਂ ਸੁਣਨ ਲਈ ਆਖਦੇ। ਉਹਨਾਂ ਵੇਖਿਆ ਗੁਰੂ ਦਾ ਆਵਾਜ਼ ਅਤੇ ਸੁਰ ਸਗਵਾਂ ਉਹ ਸੀ ਜਿਹੜਾ ਉਹ ਮੂੰਹੋਂ ਕੱਢਦੇ ਸਨ। ਮੁੜ ਜਦੋਂ ਉਹਨਾਂ ਆਪਣਾ ਆਵਾਜ਼ ਸੁਣਿਆ ਅਤੇ ਉਹਦੇ ਵਿੱਚੋਂ ਇਹ ਦੋਵੇਂ ਛਾਵਾਂ ਥੁੜਦੀਆਂ ਸਨ। ਉਸ ਦਿਨ ਤੋਂ ਮਸੀਤ ਦੀ ਇਹ ਕੰਧ ਉਹਨਾਂ ਦੇ ਰਿਆਜ਼ ਦਾ ਅੱਡਾ ਬਣ ਗਈ। ਮਸੀਤ ਸ਼ਹਿਰੋਂ ਹਟਵੀਂ ਸੀ, ਇਸ ਲਈ ਉਹਨਾਂ ਨੂੰ ਉੱਥੇ ਕਿਸੇ ਦੀ ਹਟਕ ਹੋੜ ਵੀ ਨਹੀਂ ਸੀ, ਪਰ ਉਹ ਸੜਕ ਬੜੀ ਵਗਦੀ ਸੀ। ਸਾਰੇ ਸ਼ਹਿਰ ਨੂੰ ਦਾਣਾ ਫੱਕਾ ਅਤੇ ਸਬਜ਼ੀਆਂ ਗੱਡਾਂ 'ਤੇ ਲਦੀ ਕੇ ਇਹਦੇ ਤੋਂ ਹੀ ਅੱਪੜਦੀਆਂ ਸਨ। ਗੱਡਾਂ ਵਾਲੇ ਜੱਟ ਬੂਟ ਅਕਸਰ ਰੋਟੀ ਖਾਣ 'ਤੇ ਸਾਹ ਲੈਣ ਉਸ ਕੰਧ ਦੀ ਛਾਵੀਂ ਬਹਿ ਜਾਂਦੇ। ਉਹਨਾਂ ਭਾਣੇ ਸੜਕ ਕੰਢੇ ਇੰਝ ਡੁੱਬ ਕੇ ਗਾਣਾ ਪਕਾਉਂਦੇ। ਖਾਨ ਸਾਹਿਬ ਕੋਈ ਸੁਦਾਈ ਫਕੀਰ ਹੀ ਸਨ, ਇਸ ਲਈ ਉਹ ਖਾਨ ਸਾਹਿਬ ਨੂੰ ਬੁਲਾਉਂਦੇ ਕੁਆਂਦੇ ਉਕਾ ਨਾ। ਇੱਕ ਵਾਰੀ ਕੀ ਹੋਇਆ, ਕੁਝ ਸਿੱਖ ਗਾਡੀ ਸਾਹ ਲੈਣ ਉੱਥੇ ਆ ਬੈਠੇ ਅਤੇ ਖਾਨ ਸਾਹਿਬ ਨਾਲ ਆਡਾ ਬੰਨ ਕੇ ਉੱਚੀ ਉੱਚੀ ਬੋਲੀਆਂ ਪਾਉਣ ਲੱਗ ਪਏ। ਉਹ ਰੌਲਾ ਪਾਉਂਦੇ ਤਾਂ ਖਾਨ ਸਾਹਿਬ ਚੁੱਪ ਕਰ ਜਾਂਦੇ। ਉਹ ਸਾਹ ਲੈਣ ਲਈ ਖਲੋਂਦੇ ਤਾਂ ਇਹ ਮੁੜ ਆਪਣੀ ਰਿਆਸਤ ਜੁੱਟ ਪਾਉਂਦੇ। ਘੰਟਾ ਡੂਢ ਘੰਟਾ ਇਹੋ ਕਾਰ ਹੁੰਦੀ ਰਹੀ। ਉੜਕ ਸਿੱਖ ਗਾਡੀ ਭੈੜੇ ਪੈ ਕੇ ਆਪ ਹੀ ਖੈੜਾ ਛੱਡ ਗਿਆ। ਖਾਨ ਸਾਹਿਬ ਆਖਦੇ ਹੁੰਦੇ ਸਨ, ਦੁਨੀਆਂ ਸੋਹਣੀਆਂ ਛਾਵਾਂ ਨਾਲ ਭਰੀ ਏ, ਮੈਨੂੰ ਜੋ ਕੁਝ ਵੀ ਸੋਹਣਾ ਲੱਗਦਾ ਮੈਂ ਉਹਨੂੰ ਆਪਣੇ ਗਾਣੇ ਵਿੱਚ ਉਤਾਰਨ ਦਾ ਯਤਨ ਕਰਨਾ। ਮੈਂ ਕਿਸੇ ਦਰਿਆ ਦੇ ਕੰਢੇ ਜਾਂ ਕਿਸੇ ਪਾਰਕ ਵਿੱਚ ਜਾਵਾਂ ਤਾਂ ਪੱਖਣਵਾਂ ਨੂੰ ਉਰਾਂ ਪਰਾਂ ਉੱਡਦਿਆਂ ਵੇਖਣਾ। ਉਹ ਦੁਨੀਆਂ ਤੋਂ ਬੇਪਰਵਾਹ ਨੱਸ ਵੱਜ ਰਹੇ ਹੁੰਦੇ ਨੇ, ਨੱਚ ਰਹੇ ਹੁੰਦੇ ਨੇ, ਫਿਰ ਅਚਨਚੇਤ ਉੱਡ ਪੈਂਦੇ ਨੇ ਅਤੇ ਇੱਕ ਖਾਸ ਉਚਿਆਈ ਤੋਂ ਆਪਣੇ ਆਲ੍ਹਣਿਆਂ ਵੱਲ ਚੁੱਭੀ ਮਾਰਦੇ ਨੇ। ਉਹਨਾਂ ਦੀਆਂ ਇਹ ਅਦਾਵਾਂ ਮੇਰੇ 'ਤੇ ਬੜਾ ਅਸਰ ਕਰਦੀਆਂ ਨੇ। ਮੈਂ ਉਹਨਾਂ ਦੀਆਂ ਇਹ ਮਨ ਠਾਰਵੀਆਂ ਗੱਲਾਂ ਗਾਣੇ ਵਿੱਚ ਉਲਥਣਾ ਚਾਹੁੰਦਾ। ਇਹ ਕੰਮ ਮੈਂ ਤਾਨ ਨਹੀਂ ਕਰਨਾ, ਜਿਵੇਂ ਇੱਕ ਤਾਨ ਖਰਜ ਤੋਂ ਤੀਜੇ ਸਪਤਕ ਦੇ ਸਾਹ ਤਾਈਂ ਤ੍ਰਿਖੀ ਜਾਂਦੀ ਏ ਅਤੇ ਫਿਰ ਪੱਖਣਵਾਂ ਵਾਕਣ ਫੇਰੀਆਂ ਲੈਂਦੀ ਮੰਦਰ ਸਪਤਕ ਦੇ ਸਾਹ 'ਤੇ ਆਣ ਪੂਰੀ ਹੁੰਦੀ। ਇੱਕ ਦਿਨ ਖਾਨ ਸਾਹਿਬ ਨੇ ਰੇਡੀਓ ਤੋਂ 1 ਵਜੇ ਗਾਉਣਾ ਸੀ। ਮੈਂ ਉਨੀ ਦਿਨੀ ਬੰਬੇ ਰੇਡੀਓ 'ਤੇ ਕੰਮ ਕਰਦਾ ਸਾਂ, ਉਹਨਾਂ ਦੇ ਗਾਣੇ ਵੇਲੇ ਮੈਂ ਵੀ ਉੱਥੇ ਹੀ ਸਾਂ। ਗਾਣਾ ਹੋ ਗਿਆ ਤਾਂ ਖਾਨ ਸਾਹਿਬ ਨੇ ਮੈਨੂੰ ਡੱਕ ਲਿਆ, ਅਖੇ ਟੈਕਸੀ ਮੰਗਵਾਈ ਏ, ਰਲ ਕੇ ਚੱਲਣੇ ਆ। ਸਾਉਣ ਪਾਤਰੋਂ ਦੇ ਦਿਨ ਸਨ ਅਤੇ ਮੀਂਹ ਪੈ ਪੈਂਦੇ ਸਨ। ਮੈਨੂੰ ਡਾਢੀ ਭੁੱਖ ਲੱਗੀ ਸੀ ਪਰ ਮੈਂ ਖਾਨ ਸਾਹਿਬ ਨੂੰ ਨਾ ਨਹੀਂ ਸਾਂ ਕਰ ਸਕਦਾ। ਟੈਕਸੀ ਆਈ ਅਤੇ ਅਸੀਂ ਵਿੱਚ ਬਹਿ ਗਏ। ਖਾਨ ਸਾਹਿਬ ਪਾਣੀ ਵੇਖ ਕੇ ਬਹੁਤ ਰਾਜ਼ੀ ਹੁੰਦੇ ਸਨ ਅਤੇ ਮੀਂਹ ਦਾ ਪਾਣੀ ਤਾਂ ਉਹਨਾਂ ਲਈ ਸਭ ਤੋਂ ਵੱਡੀ ਨਿਮਤ ਸੀ। ਟੈਕਸੀ ਵਿੱਚ ਕਿਸੇ ਪਾਸਿਓਂ ਪਾਣੀ ਅੰਦਰ ਆ ਕੇ ਸਾਡੇ ਕੱਪੜੇ ਪਿਆ ਪਿਆਉਂਦਾ ਸੀ, ਪਰ ਖਾਨ ਸਾਹਿਬ ਢੇਰ ਰਾਜ਼ੀ ਸਨ। ਅਖੇ ਦੇਵਧਰ ਸਾਹਿਬ, ਚਲੋ ਸਮੁੰਦਰ ਤਾਂ ਚਲੀਏ, ਇਸ ਵੇਲੇ ਤਾਂ ਬੜਾ ਵੇਖਣ ਵਾਲਾ ਹੋਵੇਗਾ। ਮੈਂ ਆਖਿਆ, ਇੱਕ ਤਾਂ ਮੈਨੂੰ ਭੁੱਖ ਲੱਗੀ ਏ, ਦੂਜਾ ਮੇਰੇ ਕੱਪੜੇ ਭਿੱਜ ਗਏ ਨੇ, ਇਸ ਲਈ ਮੈਂ ਸਿੱਧਾ ਘਰ ਹੀ ਜਾਵਾਂਗਾ। ਅਖੀਰ ਇਹ ਮੁੱਕੀ ਕਿ ਮੇਰੀਨ ਡਰਾਈਵ ਤੋਂ ਹੋ ਕੇ ਜਾਵਾਂਗੇ। ਉੱਥੇ ਅਪੜੇ ਤਾਂ ਖਾਨ ਸਾਹਿਬ ਨੇ ਸੀਮਟ ਕੰਕਰੀਟ ਵਾਲੀ ਥਾਵੇਂ ਟੈਕਸੀ ਰੁਕਾ ਲਈ। ਇੱਥੇ ਸਮੁੰਦਰ ਦੀਆਂ ਵਿਪਲੀਆਂ ਲੱਫਾਂ 30 ਤੋਂ 40 ਫੁੱਟ ਤਾਈਂ ਉੱਚੀਆਂ ਪਈਆਂ ਜਾਂਦੀਆਂ ਸਨ। ਅਖੇ ਦਿਓਧਰ ਸਾਹਿਬ, ਰਿਆਜ਼ ਕਰਨ ਦਾ ਇਹੋ ਹੀ ਥਾਂ ਵੇਲਾ ਵੇ, ਲਓ ਸੁਣੋ। ਅਤੇ ਉਹ ਗਾਉਣ ਲੱਗ ਪਿਆ। ਉੱਧਰੋਂ ਕੋਈ ਵੱਡੀ ਸਾਰੀ ਲੱਫ ਆ ਕੇ ਭੱਜਦੀ ਪਾਣੀ ਉੱਡਦਾ, ਇੱਧਰੋਂ ਖਾਨ ਸਾਹਿਬ ਦੀ ਤਾਨ ਉੱਗਰਦੀ ਅਤੇ ਫਿਰ ਪਾਣੀ ਦੇ ਨਾਲ ਹੇਠਾਂ ਆਉਂਦੀ। ਉਸ ਵੇਲੇ ਰਾਗ ਮੀਆਂ ਦੀ ਮਲਾਰ ਛਿੜਿਆ ਆਇਆ ਸੀ। ਜਿਹੜੇ ਵੇਲੇ ਉਹਨਾਂ ਦਾ ਆਵਾਜ਼ ਉੱਫਲਦੇ ਪਾਣੀ ਦਾ ਸਾਥ ਨਾ ਦੇ ਸਕਦਾ ਤਾਂ ਉਹ ਆਪਣੇ ਆਪ 'ਤੇ ਖਿੱਚਦੇ ਅਤੇ ਮੁੜ ਕੇ ਲੱਫਾਂ ਨਾਲ ਸਾਵਾਂ ਚੜ੍ਹਨ ਦਾ ਆਰ ਕਰਦੇ। 1.5 ਘੰਟਾ ਇਹੋ ਕੁਝ ਹੁੰਦਾ ਰਿਹਾ। ਮੈਨੂੰ ਇਹ ਵੇਖਦੇ ਆਪਣੀ ਭੁੱਖ ਪਿਆਸ ਦਾ ਵੀ ਚਿੱਤ ਛੇਤਾ ਨਾ ਰਿਹਾ। ਖਾਨ ਸਾਹਿਬ ਦਾ ਪੁੱਤਰ ਵੀ ਨਾਲ ਹੀ ਸੀ। ਉੜਕ ਆਖਣ ਲੱਗਾ, ਚਲੋ ਹੁਣ ਚਲੀਏ, 2:30 ਵੱਜਦੇ ਨੇ, ਉੱਤੋਂ ਭੁੱਖ ਵੀ ਲੱਗੀ। ਮੈਨੂੰ ਇੱਕ ਹੋਰ ਸਵਾਦੀ ਗੱਲ ਦਾ ਵੀ ਚੇਤਾ ਹੈ। ਇੱਕ ਸ਼ਾਮ ਖਾਨ ਸਾਹਿਬ ਨੇ ਮੈਨੂੰ ਜਤੀ ਸਤੀ ਹੋਵਣ ਉੱਤੇ ਲੰਮਾ ਲੈਕਚਰ ਦਿੱਤਾ, ਖਾਸ ਕਰ ਗਵਾਈਆਂ ਦੇ ਲੰਗੋਟ ਦੇ ਪੱਕਿਆਂ ਹੋਵਣ ਉੱਤੇ। ਉਸ ਤੋਂ ਅਗਲੇ ਦਿਨ ਚੁਪਾਟੀ ਜਾਂਦਿਆਂ ਉਹ ਸਕੂਲ ਆਏ ਅਤੇ ਮੈਨੂੰ ਵੀ ਨਾਲ ਚੱਲਣ ਲਈ ਆਖਿਆ। ਮੈਂ ਉਹਨਾਂ ਤੋਂ ਕੁਝ ਮਿੰਟ ਮੰਗੇ, ਉਹ ਸੜਕ 'ਤੇ ਹੀ ਖਲੋ ਗਏ, ਉਡੀਕਣ ਲੱਗ ਪਿਆ।
ਮੈਂ ਆਇਆ ਤਾਂ ਅੱਗੇ ਇੱਕ ਅਜਬ ਹੀ ਨਕਸ਼ਾ ਹੋਵੇ। 18 ਕੁ ਵਰ੍ਹਿਆਂ ਦੀ ਇੱਕ ਰੱਜ ਕੇ ਸੋਹਣੀ ਪੰਜਾਬੀ ਕੁੜੀ ਚੁਪਾਟੀ ਨੂੰ ਪਈ ਜਾਂਦੀ ਸੀ ਅਤੇ ਖਾਨ ਸਾਹਿਬ ਐਵੇਂ ਕੁਝ ਕਦਮਾਂ ਦੀ ਵਿੱਥ 'ਤੇ ਉਹਦੇ ਮਗਰ ਨਾ ਪੈ ਜਾਂਦੇ ਹੋਣ। ਕੁੜੀ ਆਪਣੀ ਸ਼ਕਲ ਅਤੇ ਟੋਰ ਅਤੇ ਸੁਨੇਪ ਨਾਲ ਹਰ ਆਉਂਦੇ ਜਾਂਦੇ ਦਾ ਧਿਆਨ ਵੀ ਛਿੱਕਦੀ ਸੀ। ਮੈਂ ਭੱਜ ਕੇ ਖਾਨ ਸਾਹਿਬ ਨੂੰ ਰਲਿਆ ਅਤੇ ਉਹਨਾਂ ਦੇ ਮੋਢੇ ਉੱਤੇ ਹੱਥ ਧਰਦਿਆਂ ਆਖਿਆ, ਖਾਨ ਸਾਹਿਬ ਅਜੇ ਕੱਲ੍ਹ ਹੀ ਤਾਂ ਤੁਸੀਂ ਜਤੀ ਸਤੀ ਹੋਣ ਦੀ ਸਿਫਤ ਪਿਆ ਕਰਦੇ ਸੋ, ਇਸ ਕੁੜੀ ਤੁਹਾਨੂੰ ਸਭ ਭੁਲਾ ਦਿੱਤਾ। ਕਹਿਣ ਲੱਗੇ, ਤੁਹਾਨੂੰ ਕੀ ਪਤਾ ਹੋਵੇ ਇਸ ਵੇਲੇ ਮੈਂ ਕੀ ਸੋਚ ਰਿਹਾ ਅਤੇ ਕੀ ਸਹੀ ਕਰ ਰਿਹਾ। ਵੇਖੋ, ਇਹ ਕੁੜੀ ਕੁਦਰਤ ਦੀ ਕਾਰਾਗਰੀ ਦਾ ਕੈਸਾ ਵਧੀਆ ਨਮੂਨਾ ਹੈ। ਸਿਰਜਣਹਾਰੇ ਦੀ ਸੋਚ ਨੂੰ ਦਾਤ ਦਿਓ, ਹਰ ਕਿਸੇ ਦਾ ਧਿਆਨ ਵੀ ਛਿੱਕਦੀ ਹੈ ਪਰ ਉਹਨੂੰ ਆਪ ਨੂੰ ਜ਼ਰੀ ਵੀ ਪਰਵਾਹ ਨਹੀਂ। ਇਹਦੀ ਟੋਰ ਵੇਖੋ, ਬਾਹਾਂ 'ਤੇ ਧੌਣ ਦਾ ਹਿੱਲਣ ਤੱਕੋ। ਆਓ, ਮੈਂ ਜੋ ਕੁਝ ਵੇਖਿਆ ਤੁਹਾਨੂੰ ਗਾਉਂ ਕੇ ਸੁਣਾਵਾਂ। ਅਸੀਂ ਸਕੂਲੇ ਪਰਤ ਆਏ ਅਤੇ ਖਾਨ ਸਾਹਿਬ ਠੁਮਰੀ ਗਾਉਣ ਲੱਗ ਪਏ। ਸੁਰਾਂ ਨਾਲ ਉਹਨਾਂ ਵੇਖਦਿਆਂ ਵੇਖਦਿਆਂ ਉਹ ਮੂਰਤੀ ਵਾਹ ਤਰੀ ਜਿਹੜੀ ਅਸੀਂ ਕੁਝ ਚਿਰ ਪਹਿਲਾਂ ਵੇਖਦੇ ਪਏ ਸਾਂ। ਖਾਨ ਸਾਹਿਬ ਦੇ ਗਾਣੇ ਵਿੱਚ ਅੰਤਾਂ ਦਾ ਸੁਣ ਅਤੇ ਵਾਸ਼ਨਾ ਸੀ, ਸੁਰੀਲੇ ਹੋਵਣ ਦੀ ਤਾਂ ਰੀਸ ਹੀ ਨਹੀਂ ਸੀ। ਖਿਆਲ ਹੋਵੇ ਜਾਂ ਠੁਮਰੀ, ਅਤੇ ਭਾਵੇਂ ਕੋਈ ਲੋਕ ਗਾਵਣ, ਬੜਾ ਚਸ ਅਤੇ ਸਵਾਦ ਲੈ ਕੇ ਗਾਉਂਦੇ। ਅੱਖ ਦੇ ਪਲਕਾਰੇ ਵਿੱਚ ਮਰੋੜੀ ਲੈ ਕੇ ਉਤਰਨਾ ਅਤੇ ਉਤਰਦਿਆਂ ਉਤਰਦਿਆਂ ਚਰੱਖੜੀ ਵਾਕਣ ਫਿਰਦੀ ਸਾਫ ਸ਼ੀਸ਼ਾ ਤਾਨ ਕਹਿ ਜਾਣਾ ਉਹਨਾਂ ਲਈ ਬਾਲਾਂ ਦੀ ਖੇਡ ਸੀ। ਉਹਨਾਂ ਦੀ ਬੜਤ ਵਿੱਚ ਸੁਰਾਂ ਦੇ ਸਿੱਧੇ ਜੁੱਟ ਹੁੰਦੇ, ਇਹਨਾਂ ਜੁੱਟਾਂ ਮਗਰ ਉਹਨਾਂ ਦੀ ਪੂਰੀ ਸੋਚ ਵਿਚਾਰ ਹੁੰਦੀ, ਇਸ ਲਈ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੰਦੇ। ਉਹਨਾਂ ਦੇ ਅਲਾਪ ਵਿੱਚ ਇਕਤਾ ਆਉਂਦੀ, ਉਹ ਆਪਣੇ ਅਲਾਪ ਰਾਹੀਂ ਲੋਕਾਂ ਦੇ ਮਨ ਵਿੱਚ ਤਾਂਘ ਜਿਹੀ ਲਾ ਦਿੰਦੇ ਅਤੇ ਪਾਣੀ ਦਾ ਵਹਿਣ ਜਿਹਾ ਵਗਦਾ ਟੁਰਿਆ ਜਾਂਦਾ। ਉਹਨਾਂ ਨੂੰ ਕੋਈ ਇਹ ਨਹੀਂ ਸੀ ਆਖ ਸਕਦਾ, ਇੱਕੋ ਸ਼ੈ ਘੜੀ ਮੁੜੀ ਆਖੀ ਆਉਂਦੇ ਨੇ। ਉਹ ਆਪ ਵੀ ਇਹਦੇ ਤੋਂ ਭੈੜੇ ਪਾਉਂਦੇ ਸਨ, ਆਖਦੇ, ਮੈਨੂੰ ਗਾਉਂਦਿਆਂ ਜੇ ਪਤਾ ਲੱਗ ਜਾਵੇ ਕੋਈ ਨਵੀਂ ਸ਼ੈ ਨਹੀਂ ਸੁਣਾਈ ਜਾ ਸਕਣੀ ਤਾਂ ਮੈਂ ਉੱਥੇ ਹੀ ਗਾਣਾ ਪੂਰਾ ਕਰ ਦਿੰਦਾ। ਤੁਹਾਡੇ ਸੁਣਨ ਵਾਲੇ ਉਬਾਸੀਆਂ ਲੈਂਦੇ ਪਏ ਹੋਣ ਜਾਂ ਇੱਕ ਦੂਜੇ ਨਾਲ ਗੱਲੀ ਛਿੜ ਪਾਉਣ ਤਾਂ ਸਮਝੋ ਤੁਸੀਂ ਇੱਕੋ ਸ਼ੈ ਮੁੜ ਗਿੜ ਆਖੀ ਆਉਂਦੇ ਹੋ।